ਪਿੰਡ ਬੱਲੋ ਵਿੱਚ ਇਸ ਵਕਤ ਸ਼ੋਅ ਕਰਨ ਦਾ ਅੰਤਿਮ ਅਰਦਾਸ ਜਿਹੜੀ ਹੈ ਉਹ ਚੱਲ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਦੇਖ ਸਕਦੇ ਹੋ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਹੈਗਾ ਇੱਥੇ ਸੰਗਤ ਜਿਹੜੀ ਹੈਗੀ ਉਹ ਪਹੁੰਚੀ ਹੋਈ ਹੈ ਅਤੇ ਸ਼ੁਭ ਕਰਨ ਨੂੰ ਜਿਹੜੀ ਸ਼ਰਧਾਂਜਲੀ ਹੈਗੀ ਹੈ ਉਹ ਭੇਟ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇ ਕਿ ਸ਼ੁਭ ਕਰਨ ਦਾ ਜਿਹੜਾ ਹੈਗਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਸ ਤੋਂ ਬਾਅਦ ਅੱਜ ਦੇ ਦਿਨ ਯਾਨੀ ਕਿ 3 ਤਰੀਕ ਨੂੰ ਅੰਤਿਮ ਅਰਦਾਸ ਦੀ ਜਿਹੜੀ ਰਸਮ ਹੈ ਉਹ ਰੱਖੀ ਗਈ ਸੀ ਅਤੇ ਅੱਜ ਤੁਸੀਂ ਵੇਖ ਸਕਦੇ ਹੋ ਜੋ ਪੰਡਾਲ ਬਣਾਇਆ ਗਿਆ ਸੀਗਾ ਪਿੰਡ ਦੇ ਮੰਡੀ ਵਿੱਚ ਉਹ ਪੰਡਾਲ ਛੋਟਾ ਪੈ ਗਿਆ ਹੈ। ਬਾਹਰ ਤੱਕ ਲੋਕ ਜੋ ਨੇ ਵੱਡੀ ਗਿਣਤੀ ਵਿੱਚ ਮੌਜੂਦ ਨੇ ਅਤੇ ਲਗਾਤਾਰ ਲੋਕ ਜਿਹੜੇ ਨੇ ਪਹੁੰਚ ਰਹੇ ਨੇ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਹੈਗੀ ਹੈ ਉਹਨਾਂ ਲੋਕਾਂ ਦੀ ਜੋ ਕਿ ਇਸ ਵਕਤ ਇੱਥੇ ਪਹੁੰਚੇ ਨੇ ਅਤੇ ਸ਼ੁਭ ਕਰਨ ਨੂੰ ਅੰਤਿਮ ਸ਼ਰਧਾਂਜਲੀ ਜਿਹੜੀ ਹੈਗੀ ਹੈ ਉਹ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਿੰਡ ਬੱਲੋ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਤਮਾਮ ਯੂਨੀਅਨਾਂ ਦੇ ਆਗੂਆਂ ਦੇ ਨਾਲ ਨਾਲ ਉਹਨਾਂ ਦੇ ਜੋ ਲੋਕ ਨੇ ਜੋ ਉਹਨਾਂ ਦੇ ਮੈਂਬਰ ਨੇ ਉਹਨਾਂ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਬਹੁਤ ਵੱਡੀ ਗਿਣਤੀ ਹੈਗੀ ਹੈ ਲੋਕਾਂ ਦੀ ਜੋ ਕਿ ਸ਼ੁਭ ਕਰਨ ਦੇ ਅੰਤਿਮ ਅਰਦਾਸ ਵਿੱਚ ਇਸ ਵਕਤ ਪਹੁੰਚੀ ਹੋਈ ਹੈ। ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਤੁਹਾਨੂੰ ਇੱਥੇ ਲੋਕ ਜਿਹੜੇ ਨਜ਼ਰ ਆਉਣਗੇ ਅਤੇ ਕਿਹਾ ਜਾ ਸਕਦਾ ਹੈ ਕਿ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਹੈ ਉਹ ਵਿਅਰਥ ਨਹੀਂ ਜਾਵੇਗੀ ਕਿਉਂਕਿ ਇਹਨਾਂ ਲੋਕਾਂ ਦਾ ਜਿਹੜਾ ਪਿਆਰ ਹੈਗਾ ਉਹ ਇਸ ਵਕਤ ਸ਼ੁਭ ਕਰਨ ਨੂੰ ਮਿਲ ਰਿਹਾ ਅਤੇ ਦੂਰੋਂ ਦੂਰੋਂ ਲੋਕ ਜਿਹੜੇ ਨੇ ਅੱਜ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹੋਏ ਨੇ। ਤੂੰ ਦੱਸ ਦੇ ਕਿ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਦੱਸਦੇ ਨੇ ਕਿ ਰਾਜਸਥਾਨ ਤੋਂ ਵੀ ਲੋਕ ਜਿਹੜੇ ਨੇ ਅੱਜ ਇਸ ਸ਼ਰਧਾਂਜਲੀ ਸਮਾਰੋਹ ਵਿੱਚ ਪਹੁੰਚ ਰਹੇ ਨੇ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੀਬੀਆਂ ਦੀ ਗਿਣਤੀ ਜਿਹੜੀ ਹੈਗੀ ਬਹੁਤ ਜ਼ਿਆਦਾ ਹੈ ਅਤੇ ਜੇਕਰ ਭਾਈਆਂ ਦੀ ਗੱਲ ਕੀਤੀ ਜਾਵੇ ਵੱਡੀ ਗਿਣਤੀ ਵਿੱਚ ਪੁਰਸ਼ ਜਿਹੜੇ ਨੇ ਉਹ ਵੀ ਇਸ ਦੌਰਾਨ ਇੱਥੇ ਸ਼ਰਧਾਂਜਲੀ ਦੇਣ ਲਈ ਪਹੁੰਚੇ ਹੋਏ ਨੇ। ਇਸ ਦੇ ਨਾਲ ਨਾਲ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਸਟੇਜ ਦੀ, ਤਾਂ ਸਟੇਜ 'ਤੇ ਇਸ ਵਕਤ ਪੂਰੇ ਪਰਿਵਾਰ ਦੇ ਨਾਲ ਨਾਲ ਜੋ ਤਮਾਮ ਕਿਸਾਨ ਆਗੂ ਨੇ ਉਹ ਪਹੁੰਚੇ ਹੋਏ ਨੇ ਅਤੇ ਸੰਬੋਧਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ। ਤੁਹਾਨੂੰ ਦੱਸ ਦੇ ਕਿ ਅੱਜ ਦੇ ਦਿਨ ਹੀ ਇੱਥੋਂ ਵੱਡਾ ਐਲਾਨ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ ਜਿਸ ਵਿੱਚ ਕਿ ਅਗਲੀ ਰੂਪਰੇਖਾ ਜਿਹੜੀ ਹੈਗੀ ਹੈ ਉਹ ਤੈਅ ਕੀਤੀ ਹੋਈ ਹੈ ਕਿ ਅਗਲਾ ਕੀ ਕੁਛ ਕਰਨਾ। ਉਹ ਐਲਾਨ ਜਿਹੜੇ ਨੇ ਅੱਜ ਕਿਤੇ ਜਾ ਸਕਦੇ ਨੇ। ਸਟੇਜ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਸ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਿਹੜਾ ਪਿਆਰ ਹੈ ਸ਼ੁਭ ਕਰਨ ਦੇ ਲਈ ਉਹ ਇੱਥੇ ਤੁਸੀਂ ਵੇਖ ਸਕਦੇ ਹੋ। ਵੱਡੀ ਗਿਣਤੀ ਵਿੱਚ ਮਹਿਲਾਵਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ, ਵੱਖ ਵੱਖ ਜਥੇਬੰਦੀਆਂ ਦੇ ਝੰਡੇ ਤੁਹਾਨੂੰ ਇੱਥੇ ਝੁਲਦੇ ਹੋਏ ਦਿਖਾਈ ਦੇਣਗੇ ਅਤੇ ਕਿਸਾਨੀ ਸੰਘਰਸ਼ ਦੇ ਇਸ ਸ਼ਹੀਦ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪਿੰਡ ਬੱਲੋ ਵਿੱਚ ਸੰਗਤ ਜਿਹੜੀ ਹੈ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ। ਤਾਂ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਹੋ ਦੈਨਿਕ ਸੂਰਤ 'ਤੇ ਕਿ ਕਾਫੀ ਵੱਡੀ ਤਾਦਾਦ ਜਿਹੜੀ ਹੈਗੀ ਹੈ ਸੰਗਤ ਦੀ ਇਸ ਵਕਤ ਇੱਥੇ ਮੌਜੂਦ ਹੈ, ਜੋ ਕਿ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਂਕਿ ਅੰਤਿਮ ਪੜਾਅ ਜਿਹੜਾ ਹੈਗਾ ਉਹ ਇਸ ਵਕਤ ਅੱਜ ਦੇ ਸਮਾਰੋਹ ਦਾ ਚੱਲ ਰਿਹਾ ਹੈ, ਪਰ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੁਣ ਵੀ ਜਿਉਂਦੀ ਤੋਂ ਵੱਡੇ ਪੱਧਰ 'ਤੇ ਵੱਧਦੀ ਜਾ ਰਹੀ ਹੈ। ਫਿਲਹਾਲ ਗੱਲ ਕੀਤੀ ਜਾਵੇ ਤਾਂ ਵੇਖਣਾ ਹੋਵੇਗਾ ਕਿ ਅੱਜ ਦੀ ਰੂਪਰੇਖਾ ਜਿਹੜੀ ਹੈਗੀ ਹੈ ਕਿਸ ਤਰੀਕੇ ਦੀ ਤੈਅ ਹੁੰਦੀ ਹੈ ਅਤੇ ਅਗਲੇ ਐਲਾਨ ਜਿਹੜੇ ਨੇ ਉਹ ਕਿਸ ਤਰੀਕੇ ਦੇ ਹੁੰਦੇ ਨੇ ਇਹ ਵੇਖਣ ਨੂੰ ਗੱਲ ਹੋਵੇਗੀ। ਹਾਲ ਦੀ ਘੜੀ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੇ ਪੱਧਰ 'ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਅੱਜ ਜਿਹੜੇ ਬਠਿੰਡਾ ਦੇ ਬੱਲੋ ਵਿੱਚ ਪਹੁੰਚ ਰਹੇ ਨੇ। ਬੱਲੋ ਤੋਂ ਦੈਨਿਕ ਸਵੇਰਾ ਲਈ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤਾਂਤਰਿਕ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਾਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ,
ਸਿਰਫ 31 ਘੰਟਿਆਂ ਚ ਸਮਾਧਾਨ। ਫ੍ਰੀ 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 ਆਰ ਕੇ ਤਾਂਤਰਿਕ, ਮੋਬਾਈਲ 9178-55093-7105-98-475। ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।